ਡਾਕਟਰ ਸਾਹਿਬ ਹੋ ਕੀ ਰਿਹਾ ਪੰਜਾਬ ਦੀ ਰਾਜਨੀਤੀ ਚ ਬੀਬੀ ਸੁਰਜੀਤ ਹੋਰਾਂ ਦਾ ਜਾਣਾ ਅਕਾਲੀ ਦਲ ਲਈ ਝਟਕਾ ਹੈ ਜਾਂ ਫਿਰ ਇਹ ਚੰਦੂ ਮਾਜਰਾ ਜਾਂ ਬੀਬੀ ਜਗੀਰ ਕੌਰ ਹੋਰਾਂ ਲਈ ਝਟਕਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਅਸੀਂ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ, ਬਹੁਜਨ ਸਮਾਜ ਪਾਰਟੀ ਨੂੰ ਹਮਾਇਤ ਦੇ, ਪਰ ਜਿਹੜੇ ਸਾਡੇ ਸਾਥੀ ਬਾਗੀ ਸੁਰਾਂ ਅਪਣਾ ਰਹੇ ਸੀ ਉਹਨਾਂ ਨੇ ਇੱਕ ਕੋਝਾ ਮਜ਼ਾਕ ਬੀਬੀ ਸੁਰਜੀਤ ਕੌਰ ਨਾਲ ਕੀਤਾ ਸੀ। ਉਹ ਸਾਡਾ ਪੁਰਾਣਾ ਪਰਿਵਾਰ ਹੈ, ਉਹਦੀ ਸਥਿਤੀ ਵੀ ਇਹਨਾਂ ਨੇ ਹਾਸੋਹੀਣੀ ਬਣਾਈ, ਬੜੇ ਜਜ਼ਬਾਤੀ ਭਾਸ਼ਣ ਕੀਤੇ ਤੇ ਆਪਣੀ ਗੰਦੀ ਰਾਜਨੀਤੀ ਕਰਕੇ ਆਪ ਤਾਂ ਕੋਈ ਉਹਦੇ ਵਾਸਤੇ ਬੋੜਿਆ ਨਹੀਂ। ਲੇਕਿਨ ਇਹ ਟੈਕਨੀਕਲ ਤੌਰ ਤੇ ਅਜੇ ਵੀ ਉਮੀਦਵਾਰ ਤਾਂ ਅਕਾਲੀ ਦਲ ਦੇ ਸੀਗੇ, ਟੈਕਨੀਕਲ ਤੌਰ ਤੇ ਦੇਖਿਆ ਜਾਵੇ ਕਿਵੇਂ ਕਹੋਗੇ ਟੈਕਨੀਕਲ ਤੇ, ਜਦੋਂ ਪਾਰਟੀ ਨੇ ਅਧਿਕਾਰਤ ਤੌਰ ਤੇ ਅਨਾਊਂਸ ਕਰ ਦਿੱਤਾ ਲੇਕਿਨ ਔਰ ਲਾਸਟ ਡੇਟ ਤੇ ਵਿਦਡਰਾ ਕਰਨ ਵਾਸਤੇ ਹਦਾਇਤ ਕਰ ਦਿੱਤੀ ਤੇ ਜੇ ਉਹਨਾਂ ਨੇ ਵਿਦਡਰਾ ਨਹੀਂ ਕੀਤੇ ਤੇ ਇਹ ਉਹਨਾਂ ਦੀ ਗਲਤੀ ਹੈ। ਪਾਰਟੀ ਨੇ ਕਲੀਅਰ ਕੱਟ ਕਹਿਤਾ ਸੀ ਕਿ ਸਾਡਾ ਕੋਈ ਲੀਡਰ ਕੰਬਾਈਨ ਕਰਨ ਵਾਸਤੇ ਨਹੀਂ ਗਿਆ, ਅਸੀਂ ਬਸਪਾ ਦੀ ਹਿੰਮਤ ਕਰ ਰਹੇ। ਪਰ ਇਹ ਜਿਹੜਾ ਬੀਬੀ ਜਗੀਰ ਕੌਰ ਜੀ ਨੂੰ ਹੁਣ ਪੁੱਛੋ ਕਿ ਹੁਣ ਤੁਸੀਂ ਖੜੇ ਨਹੀਂ, ਫਿਰ ਕੈਂਡੀਡੇਟ ਨੂੰ ਕਿਉਂ ਮਜਬੂਰ ਹੋ ਕੇ ਫੈਸਲਾ ਲੈਣਾ ਪਿਆ? ਚੰਗਾ 117 ਸੀਟਾਂ ਚੋਂ ਇੱਕ ਸੀਟ ਤਾਂ ਤੁਸੀਂ ਸਿੱਧੇ ਤੌਰ ਤੇ ਹੁਣ BSP ਲਈ ਛੱਡਤੀ, 116 ਸੀਟਾਂ ਜਿਹੜੀਆਂ ਤੁਹਾਡੇ ਕੋਲ ਹੈਗੀਆਂ, 101 ਸੀਟ ਤਾਂ ਕਹਿੰਦੇ ਕਿ ਲੜਾਈ ਤੋਂ ਪਹਿਲਾਂ ਹੀ ਬਾਹਰ ਹੋ ਗਏ। ਨਹੀਂ, ਇਹ ਕਿਹੜੀ ਨਵੀਂ ਗੱਲ ਹੈ, ਅੱਗੇ ਵੀ ਅਲਾਇੰਸ ਹੁੰਦਾ ਕਿ 23 ਸੀਟਾਂ BJP ਕੋਲ ਨਹੀਂ ਜਾਂਦੇ ਰਹੇ। ਹੁਣ ਜਦੋਂ ਪਿੱਛੇ 2022 ਚ ਅਲਾਇੰਸ ਹੋਇਆ ਉਦੋਂ 20 ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਕੋਲ ਨਹੀਂ, ਇਹ ਕਿਹੜੀ ਨਵੀਂ ਗੱਲ? ਅਸੀਂ ਪਹਿਲਾਂ ਹੀ ਕਿਹਾ ਸੀ ਕਿ ਹਾਲੇ 4-5 ਇਲੈਕਸ਼ਨਾਂ ਹੋਰ ਹੋਣੀਆਂ, ਇੱਥੇ ਉਹਨਾਂ ਨੇ ਮਦਦ ਮੰਗੀ ਸੀ ਉਹਨਾਂ ਨੂੰ ਦੇ ਦਿਓ ਜਿੱਥੇ ਸਾਨੂੰ ਜ਼ਰੂਰਤ ਹੈਗੀ ਸੀ ਉਹਨਾਂ ਤੋਂ। ਤੁਸੀਂ ਕਹਿ ਰਹੇ ਹੋ ਕਿ BSP ਦੇ ਨਾਲ ਹੁਣ ਪੂਰੇ ਪੰਜਾਬ ਚ ਜਿਵੇਂ ਪਹਿਲਾਂ ਲਾਈਨ ਸੀ ਉਦਾਂ ਹੀ ਰਹੇਗਾ? ਨਹੀਂ, ਮੈਂ ਕਦੋਂ ਕਿਹਾ ਤੇ ਤੁਸੀਂ ਮੇਰੇ ਮੂੰਹ ਚ ਪਾ? ਨਹੀਂ, ਤੁਸੀਂ ਕਹਿ ਰਹੇ ਹੋ ਨਾ ਕਿ ਅੱਧੀਆਂ ਸੀਟਾਂ ਇਹਨਾਂ ਨੂੰ ਦੇ ਦੋ ਦੀਆਂ ਨਾ। ਇਹ ਇੱਕ ਇਸ ਇਲੈਕਸ਼ਨ ਦੀ ਗੱਲ ਹੋਈ ਸੀ, ਇਸ ਤੋਂ ਬਾਅਦ 4 ਜ਼ਿਮਨੀ ਚੋਣਾਂ ਹੋਣੀਆਂ, ਉਹਨਾਂ ਨਾਲ ਬੈਠ ਕੇ ਗੱਲ ਹੋ ਜੇਗੀ। ਲੇਕਿਨ ਇਸ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਮਿਲੀ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਾਮਲ ਕਰਵਾ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਉਹਨਾਂ ਦੀ ਕਦਰ ਨਹੀਂ ਸੀ ਜਦੋਂ ਪਾਰਟੀ ਦਾ ਪ੍ਰਧਾਨ ਦੂਸਰੀ ਪਾਰਟੀ ਦੇ ਸਿੰਬਲ ਤੇ ਉਹਨਾਂ ਨੂੰ ਪ੍ਰਚਾਰ ਕਰੇ ਤਾਂ ਫਿਰ ਜਿੰਨੇ ਕੁਰਬਾਨੀਆਂ ਦਿੱਤੀਆਂ ਨੇ ਅਕਾਲੀ ਦਲ ਦੇ ਲਈ ਉਹ ਇਕੱਲਾਪਨ ਮਹਿਸੂਸ ਕਰ ਰਹੇ ਸੀ। ਗੱਲ ਇਹ ਹੈ ਕਿ ਹੁਣ ਮੁੱਖ ਮੰਤਰੀ ਦਾ ਪੱਧਰ ਤੇ ਜਦੋਂ ਇਹ ਲੈਵਲ ਤੇ ਆ ਜਾਏ ਤੇ ਕਹਿੰਦੇ ਨਾ ਡੁੱਬਦੇ ਨੂੰ ਤਿਲਕੇ ਤੇ ਸਾਰਾ, ਉਹਦਾ ਰੁੜਦੇ ਪਏ ਆ। ਹੁਣ ਆਮ ਆਦਮੀ ਪਾਰਟੀ 3 ਸੀਟਾਂ ਉਹਨਾਂ ਦੀਆਂ ਰਹਿ ਗਈਆਂ, ਉਹਨਾਂ ਨੂੰ ਲੱਗਦਾ ਕਿ ਇਸ ਬਾਈ ਇਲੈਕਸ਼ਨ ਦੇ ਵਿੱਚ ਜੇ ਮੈਂ ਹਾਰ ਗਿਆ ਤੇ ਮੇਰੀ ਚੀਫ ਮਿਨਿਸਟਰਸ਼ਿਪ ਜਾਂਦੀ ਰਹੂ। ਇਸ ਕਰਕੇ ਕੋਈ ਛੋਟੇ ਤੋਂ ਛੋਟਾ ਵੀ ਕਿਸੇ ਪਾਰਟੀ ਦਾ ਵਰਕਰ ਹੋਵੇ ਉੱਥੇ ਮੁੱਖ ਮੰਤਰੀ ਸਾਹਿਬ ਆਪ ਜਾਂਦੇ। ਦੂਜਾ ਉੱਥੇ ਰੇਸ ਲੱਗੀ ਹੈ, ਜਿਹੜਾ ਉਹਨਾਂ ਦਾ ਰਾਜ ਸਭਾ ਦਾ ਮੈਂਬਰ ਇੰਚਾਰਜ ਲੱਗਿਆ ਉਹ ਕਹਿੰਦਾ ਮੈਂ ਇੰਚਾਰਜ ਹਾਂ, ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਪੈਂਦਾ ਕਿ ਮੈਂ ਇੰਚਾਰਜ ਹਾਂ। ਇਸ ਕਰਕੇ ਉਹਨਾਂ ਦੀ ਆਪਣੀ ਪਾਰਟੀ ਦੀ ਰੇਸ ਲੱਗੀ ਹੈ। ਪਰ ਇਹ ਮੈਂ ਸਮਝਦਾ ਜਿਹੜਾ ਸਾਡੇ ਸਾਥੀਆਂ ਨੇ ਕੋਝਾ ਮਜ਼ਾਕ ਬੀਬੀ ਸੁਰਜੀਤ ਕੌਰ ਨਾਲ ਕੀਤਾ ਸੀ ਇਹ ਉਹਦਾ, ਤੁਸੀਂ ਕਹਿ ਰਹੇ ਹੋ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਹੈ, ਬੀਬੀ ਜਗੀਰ ਕੌਰ ਹੋਰਾਂ ਲਈ ਇੱਕ ਵੱਡਾ ਝਟਕਾ? ਨਹੀਂ, ਝਟਕਾ ਨਹੀਂ ਮੈਂ ਕਹਿ ਸਕਦਾ, ਇਹ ਉਸ ਪਰਿਵਾਰ ਦੇ ਨਾਲ ਇਹਨਾਂ ਦਾ ਕੋਝਾ ਮਜ਼ਾਕ, ਇਹਨਾਂ ਦੀ ਅਸਲੀਅਤ ਖੁੱਲ ਗਈ ਹੈ ਕਿ ਇਹ ਹਸੋਹੀਣੀ ਸਥਿਤੀ ਪਹਿਲਾਂ ਅਕਾਲੀ ਦਲ ਦੀ ਬਣਾਉਣੀ ਚਾਹੁੰਦੇ ਸੀ ਉਹਦਾ ਸਹਾਰਾ ਲੈ ਕੇ, ਤੇ ਨਤੀਜਾ ਇਹ ਹੋਇਆ ਕਿ ਉਹਨੂੰ ਮਜਬੂਰ ਹੋ ਕੇ ਤੇ ਉਹਨੂੰ ਆਪ ਆਮ ਆਦਮੀ ਪਾਰਟੀ। ਚਲੋ, ਲਾਸਟ ਸਵਾਲ ਹੈ, ਰਾਹੁਲ ਗਾਂਧੀ ਨੇ ਬਾਬਾ ਨਾਨਕ ਦੀ ਤਸਵੀਰ ਦਿਖਾਈ, ਉਹਨਾਂ ਨੂੰ ਕਿਵੇਂ ਦੇਖਦੇ ਹੋ ਪਾਰਲੀਮੈਂਟ ਦੇ ਵਿੱਚ, ਤੁਸੀਂ ਉਸ ਤੇ ਕੀ ਟਿੱਪਣੀ ਕਰਨਾ ਚਾਹੋਗੇ? ਬਾਬੇ ਨਾਨਕ ਦੀ ਤਸਵੀਰ ਤੇ ਕੋਈ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ, ਉਹਨਾਂ ਦੇ ਅਸੂਲਾਂ ਦੇ ਉੱਤੇ ਚੱਲਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਉਹਨਾਂ ਨੇ, ਕਿਉਂਕਿ BJP ਬਹੁਤ ਵਿਰੋਧ ਕਰ ਰਹੀ, BJP ਕਹਿ ਰਹੀ ਕਿ ਇਸ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਉਹਨੇ ਪਾਏ ਆ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੇ ਜਿਹੜੀ ਆ ਉਹ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕਰਕੇ ਅਸਲੀ ਗੱਲ ਤਾਂ ਸਿਧਾਂਤਾਂ ਦੀ, ਅਸੂਲਾਂ ਦੀ ਹੈ, ਸ੍ਰੀ ਗੁਰੂ ਨਾਨਕ ਸਾਹਿਬ ਨੇ ਪੈਦਾ ਕੀਤੇ, ਸਾਰੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨ, ਇਹ ਬੜੀ ਚੰਗੀ ਗੱਲ ਹੈ।